ਸਾਡੇ ਮੰਮੀ ਡੈਡੀ ਪਹਿਲੇ ਫੀਡਿੰਗ ਕਰਦੇ ਸੀ ਔਰ ਮੇਰੇ ਪਾਪਾ ਦੀ ਦੁਕਾਨ ਹੀ ਉਹ ਹੀ ਸ਼ੁਰੂ ਤੋਂ ਫੀਡ ਕਰਦੇ ਆਏ ਆ ਉਹਨਾਂ ਨੂੰ ਦੇਖਦੇ ਹੀ ਅਸੀਂ ਸਿੱਖਿਆ ਵਾ ਤੇ ਐਡੇ ਵੱਡੇ ਮੁਕਾਮ ਤੇ ਅੱਜ ਪਹੁੰਚੇ ਆ ਪਹਿਲੇ ਕਿੰਨੇ ਡੌਗ ਹੈ ਅੱਜ ਤੁਸੀਂ ਇਸ ਟਾਈਮ ਸਾਡੇ ਕੋ 45 ਪਲੱਸ ਡੌਗ ਹੈ ਦੋ ਕੈਟ ਹੈ ਇੱਕ ਮਿੱਠੂ ਹੈਗਾ ਵਾ ਜਿਹਨੂੰ ਅਸੀਂ ਰੈਸਕਿਊ ਕੀਤਾ ਉੱਡਿਆ ਨਹੀਂ ਜਾਂਦਾ ਜਿੱਕੋ ਤੇ ਤੁਸੀਂ ਸਾਰਾ ਦਿਨ ਇਹਨਾਂ ਦੀ ਟੇਕ ਕੇਅਰ ਕਰਦੇ ਹੋ ਮਤਲਬ ਆਪਣੀ ਲਾਈਫ ਜਿੱਦਾਂ ਤੁਸੀਂ ਬਾਕੀ ਕੰਮ ਨਹੀਂ ਕਰਦੇ ਹੋ ਅਸੀਂ ਸਾਰਾ ਦਿਨ ਨਹੀਂ ਦੋਨੋਂ ਸਿਸਟਰ ਇੱਥੇ ਰਹਿੰਦੇ ਹਾਂ ਤਿੰਨ ਸਿਸਟਰ ਹਾਂ ਅਸੀਂ ਇੱਕ ਮੇਰੇ ਨਾਲ ਮੰਮਾ ਆ ਇੱਕ ਸਿਸਟਰ ਮੇਰੀ ਜੋਬ ਕਰਦੀ ਆ ਬੈਂਕ 'ਚ ਅਸੀਂ ਦੋਨੋਂ ਸਿਸਟਰ ਇੱਥੇ ਹੀ ਰਹਿੰਦੇ ਹਾਂ ਕਿਉਂਕਿ ਬੱਚੇ ਬਹੁਤ ਜ਼ਿਆਦਾ ਹੈਗੇ ਆ ਇਸ ਕਰਕੇ ਅਸੀਂ ਮੈਂ ਜੋਬ ਪਹਿਲੇ ਕਰਦੀ ਹਾਂ ਟੋਇਟਾ ਏਜੰਸੀ 'ਚ ਪਰ ਬੱਚਿਆਂ ਕਰਕੇ ਮੈਨੂੰ ਛੱਡਣੀ ਪਈ ਕਿਉਂਕਿ ਇਹਨਾਂ ਨੂੰ ਟਾਈਮ ਨਹੀਂ ਜ਼ਿਆਦਾ ਦੇ ਪਾ ਰਹੇ ਇਹਨਾਂ ਦਾ ਖਾਣਾ ਵਗੈਰਾ ਕਿਸ ਤਰ੍ਹਾਂ ਤੁਸੀਂ ਅਰੇਂਜ ਕਰਦੇ ਹੋ ਕਿਉਂਕਿ ਇਹਨਾਂ ਨੂੰ ਤੇ ਫੰਡ ਵੀ ਕਾਫੀ ਚਾਹੀਦੇ ਆ ਇਹਨਾਂ ਦਾ ਖਾਣਾ ਜੋ ਆ ਇਹ ਸਾਨੂੰ ਲੋਕ ਥੋੜ੍ਹੀ ਬਹੁਤੀ ਹੈਲਪ ਕਰ ਦਿੰਦੇ ਆ ਕੁਛ ਅਸੀਂ ਪਰਚੇਸ ਕਰਦੇ ਹਾਂ ਔਰ ਕੁਛ ਸਾਡੇ ਜਿਹੜੇ ਲੋਕ ਸਾਨੂੰ ਜਾਣਦੇ ਆ ਜਾਂ ਡੋਗ ਰੈਸਕਿਊ ਕਰਨ ਜਾਂਦੇ ਆ ਉਹ ਲੋਕ ਸਾਡੀ ਹੈਲਪ ਕਰ ਦਿੰਦੇ ਆ ਕਿੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ ਸਾਨੂੰ ਸ਼ੈਲਟਰ ਚਲਾਉਂਦੇ ਹੋਏ ਆ ਬੱਚਿਆਂ ਦਾ 5 ਸਾਲ ਹੋ ਗਏ ਆ ਵੈਸੇ ਤਾਂ ਬਚਪਨ ਤੋਂ ਹੀ ਮੰਮੀ ਡੈਡੀ ਨਾਲ ਕਰਦੇ ਆਏ ਆ ਪਰ ਇਹ ਜੋ ਸ਼ੈਲਟਰ ਦਾ ਹੀ ਸੋਚਿਆ ਵਾ ਕਿ ਲਾਈਫ ਟਾਈਮ ਕਰਨਾ ਇਹ 5 ਸਾਲ ਹੋ ਗਏ ਸਾਨੂੰ ਬਸ ਬਿਲਕੁਲ ਅਸੀਂ ਤਿੰਨੋਂ ਭੈਣਾਂ ਦਾ ਸੁਪਨਾ ਹੀ ਹੈ ਉਹ ਹੁਣ ਸਾਰੀ ਲਾਈਫ ਇਹਨਾਂ ਦੀ ਸੇਵਾ ਕਰਨੀ ਹੈ ਇਹ ਵੀ ਵਿਆਹ ਹੋ ਜਾਊਗਾ ਫਿਰ ਇਹਨਾਂ ਦਾ ਕੌਣ ਰਖਵਾ ਲੇ ਵਿਆਹ ਬਾਰੇ ਹਲੇ ਅਸੀਂ ਕੋਈ ਸੋਚਿਆ ਨਹੀਂ ਆ ਕੋਈ ਹਲੇ ਉਹਦੇ ਬਾਰੇ ਹੈਗਾ ਨਹੀਂ ਆ ਅਗਰ ਕੋਈ ਹੋਏਗਾ ਵੀ ਤਾਂ ਉਹ ਵੀ ਐਨੀਮਲ ਹੋਏਗਾ ਅਦਰਵਾਈਜ਼ ਸਾਰੀ ਉਮਰ ਅਸੀਂ ਇਹਨਾਂ ਦੀ ਸੇਵਾ ਹੀ ਕਰਨੀ ਹੈ ਸਾਡਾ ਸੁਪਨਾ ਹੈ ਕਿ ਸਾਡਾ ਅਸੀਂ ਜ਼ਿਆਦਾ ਤੋਂ ਜ਼ਿਆਦਾ ਡੋਗ ਦੀ ਜਾਨ ਬਚਾ ਸਕੀਏ ਕੋਈ ਵੀ ਜਿਹੜਾ ਬੱਚਾ ਵਾ ਸੜਕ 'ਤੇ ਨਾ ਰੁਲੇ ਜਿਹੜਾ ਵੀ ਕੋਈ ਵੀ ਲੋਕ ਗੱਡੀਆਂ ਚਲਾਉਂਦੇ ਆ ਬੱਚਿਆਂ ਨੂੰ ਐਕਸੀਡੈਂਟ ਕਰਕੇ ਸੁੱਟ ਜਾਂਦੇ ਆ ਕੋਈ ਹੱਥ ਨਹੀਂ ਲੋਕ ਲਾਉਂਦੇ ਇਹਨਾਂ ਬੱਚਿਆਂ ਨੂੰ ਕਿ ਸਾਨੂੰ ਨਾ ਬਿਮਾਰੀ ਹੋ ਜੇ ਅਤੇ ਉਹ ਵਿਚਾਰੇ ਤੜਪਦੇ ਰਹਿੰਦੇ ਇਹਨਾਂ 'ਚ ਵੀ ਜਾਨ ਆ ਬੇਜ਼ੁਬਾਨਾਂ 'ਚ ਲੋਕਾਂ ਨੂੰ ਸਮਝਣਾ ਚਾਹੀਦਾ ਪਰ ਇਹ ਜੀ ਸਾਡਾ ਬੱਚਿਆਂ ਦਾ ਖਾਣਾ ਹੈਗਾ ਹੈ ਇਹ 'ਚ ਆਪਾਂ ਦਲੀਆ ਥੋੜ੍ਹੇ ਚੌਲ ਮਿਕਸ ਕਰਕੇ 6 ਕਿਲੋ ਪ੍ਰੋਪਰ ਬਣਾਈ ਦੇ ਸਵੇਰ ਦਾ ਖਾਣਾ ਵੀ 6 ਕਿਲੋ ਬਣਦਾ ਜੇ ਅਤੇ ਦੁਪਹਿਰ ਦਾ ਜਿਹੜਾ ਅਸੀਂ ਸ਼ਾਮ ਵੇਲੇ ਦਿੰਦੇ ਉਹ ਵੀ ਅਤੇ ਐੱਗ ਥੋੜ੍ਹੀ ਫੀਟ ਮਿਕਸ ਕਰ ਲਈ ਦੀ ਆ ਕਿ ਜਿਹੜਾ ਬੱਚਾ ਨਹੀਂ ਖਾਂਦਾ ਜਾਂ ਬਾਹਰੋਂ ਨਹੀਂ ਆਉਂਦਾ ਨਵਾਂ ਆ ਜਾਂਦਾ ਨਿਊ ਬੱਚਾ ਉਸ ਵੇਲੇ ਅਤੇ ਫੁਲਕੇ ਵੀ ਪ੍ਰੋਪਰ ਲਾਉਂਦੇ ਹਾਂ ਅਸੀਂ ਨਾਲ ਖੁਦ ਮੈਂ ਲਾਉਂਦੀ ਹਾਂ ਉਹ ਵੀ ਸੇਵਾ ਕਰਨੀ ਪੈਂਦੀ ਆ ਫੁਲਕੇ ਜਿਹੜੇ 20-25 ਮਿੰਟ ਲਾਉਣੇ ਪੈਂਦੇ ਆ ਇਹ ਜਿਹੜੇ ਬੱਚੇ ਜਿਹੜੇ ਨਹੀਂ ਖਾਂਦੇ ਚੌਲ ਦਲੀਆ ਨਹੀਂ ਪਸੰਦ ਕਰਦੇ ਉਹਨਾਂ ਨੂੰ ਦੇਣਾ ਪੈਂਦਾ ਆ ਹਾਂਜੀ ਅਤੇ ਛੋਟੇ ਬੱਚਿਆਂ ਵਾਸਤੇ ਦੁੱਧ ਦਹੀਂ ਜੀ ਉਹਨਾਂ ਵਾਸਤੇ ਸਪੈਸ਼ਲ ਅਸੀਂ ਇਹ ਬੱਚਿਆਂ ਦੇ ਵਾਸਤੇ ਰੱਖਿਆ ਆ ਕਿ ਜਿੰਨਾ ਹੋ ਸਕਦਾ ਆ ਅਸੀਂ ਕਰੀਦਾ ਆ ਪ੍ਰੋਬਲਮ ਅਜੇ ਤੱਕ ਆ ਰਹੀ ਹੈ ਇਹਨਾਂ ਦਾ ਫੀਡ ਅਰੇਂਜ ਕਰਨ ਦੇ ਵਿੱਚ ਹਾਂਜੀ ਪ੍ਰੋਬਲਮ ਦੇਖੋ ਡੋਗ ਆਈ ਜਾ ਰਹੇ ਆ ਮੈਂ 20 ਰੱਖੇ ਸੀ 20 ਤੋਂ 25 ਹੋਏ 25 ਤੋਂ ਹੁਣ ਅੱਜ 50 ਆ ਗਏ ਆ ਇਸ ਟਾਈਮ ਅਤੇ ਇਹਨਾਂ ਦੀ ਖਾਣੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਦਿੱਕਤਾਂ ਤਾਂ ਆਉਂਦੀਆਂ ਆ ਜਦੋਂ ਚੰਗਾ ਕੰਮ ਕਰਨ ਲੱਗੀਦਾ ਆ ਅਤੇ ਮੈਂ ਹਾਰ ਨਹੀਂ ਮੰਨਾਂਗੀ ਕੋਸ਼ਿਸ਼ ਕਰਾਂਗੀ ਕਿ ਇਹਨਾਂ ਨੂੰ ਮੈਨੂੰ ਆਪਣਾ ਘਰ ਵੀ ਗਿਰਵੀ ਰੱਖਣਾ ਪਏਗਾ ਪਰਮਾਤਮਾ ਕਰੇ ਉਹ ਨੌਬਤ ਆਵੇ ਵੀ ਨਾ ਪਰ ਅਗਰ ਜੇ ਮੈਨੂੰ ਹੋਏਗਾ ਤਾਂ ਮੈਂ ਇਸ ਚੀਜ਼ ਨੂੰ ਵੀ ਮਨ੍ਹਾ ਨਹੀਂ ਕਰਾਂਗੀ ਜ਼ਰੂਰ ਅੱਗੇ ਵੱਧਦੀ ਰਵਾਂਗੀ ਕਿਉਂਕਿ ਇੰਨੇ ਡੋਗ ਇਸ ਕੰਡੀਸ਼ਨ ਖਰਾਬ ਹੁੰਦੀ ਆ ਹੁਣੇ ਅਸੀਂ ਲੈ ਕੇ ਆਏ ਰੈਕਸੀ ਹਜੇ 10 ਮਿੰਟ ਹੀ ਹੋਇਆ ਉਸ ਮਤਲਬ ਉਹਨਾਂ ਨੇ ਕਾਫੀ ਐਨ ਜੀ ਓ ਨੂੰ ਫੋਨ ਕਾਲ ਕੀਤੇ ਪਰ ਕੋਈ ਨਹੀਂ ਅੱਗੇ ਆਇਆ ਜੀ ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਪਰ ਸਾਨੂੰ ਪਰਮਾਤਮਾ ਨੇ ਫ੍ਰੀ ਰੱਖਿਆ ਸੀ ਉਹਨੂੰ ਲੈਣ ਚੱਲ ਗਏ ਅਤੇ ਉਹ ਫਿਲਹਾਲ ਸਾਡੇ ਕੋਲ ਹੈਗਾ ਇਸ ਟਾਈਮ ਸਾਨੂੰ ਕੁਛ ਨਹੀਂ ਚਾਹੀਦਾ ਸਿਰਫ ਸਪੋਰਟ ਕਰਨ ਥੋੜ੍ਹੀ ਜਿਹੀ ਕਿ ਤਾਂ ਕਿ ਬੱਚੇ ਆਪਾਂ ਹੋਰ ਲੈ ਕੇ ਆਈਏ ਆਪਣੇ ਘਰ ਵਿੱਚ ਇਹਨਾਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੀਏ ਇਹਨਾਂ ਦੀ ਆਪਾਂ ਨਸਬੰਦੀ ਵੀ ਕਰਵਾਉਂਦੇ ਹਾਂ ਜਦੋਂ ਵੀ ਕੋਈ ਲੈ ਕੇ ਆਈਦਾ ਫੀਮੇਲ ਜਾਂ ਮੇਲ ਡੋਗ ਉਹਦੀ ਨਸਬੰਦੀ ਕਰਵਾ ਕੇ ਉਹਨੂੰ ਉਸੇ ਇਲਾਕੇ ਵਿੱਚ ਛੱਡ ਆਉਂਦੇ ਹਾਂ ਜਿਹੜਾ ਕੰਡੀਸ਼ਨ ਜਿਹਦੀ ਜ਼ਿਆਦਾ ਖਰਾਬ ਆ ਉਹਨੂੰ ਅਸੀਂ ਆਪਣੇ ਕੋਲ ਹੀ ਸਦਾ ਵਾਸਤੇ ਰੱਖਣ ਨੂੰ ਤਿਆਰ ਆ ਕਿਉਂਕਿ ਇਹਨਾਂ ਦੀ ਏਜ ਕਿੰਨੀ ਹੁੰਦੀ ਬਹੁਤ ਥੋੜ੍ਹੀ ਹੁੰਦੀ ਆ ਵਿਚਾਰੇ ਚਲੋ ਜਿੰਨਾ ਕੁ ਹੈ ਆਪਾਂ ਕਰ ਸਕਦੇ ਹਾਂ ਮੇਰੀ ਏਜ 30 ਸਾਲ ਹੋ ਗਈ ਹੈ ਅਤੇ ਮਤਲਬ ਮੈਂ 10 ਸਾਲ ਮਤਲਬ 8 ਸਾਲ ਕਮਾ ਚੁੱਕੀ ਹਾਂ ਜਿੰਨਾ ਕੁ ਕਮਾ ਚੁੱਕੀ ਹਾਂ ਆ ਲੋਕ ਜਿੰਨੀ ਵੀ ਮਤਲਬ ਲੇਡੀਜ਼ ਲੜਕੀਆਂ ਹੁੰਦੀਆਂ ਕਮਾ ਕੇ ਆਪਣਾ ਦਾਜ ਵਗੈਰਾ ਜਾਂ ਸ਼ਾਦੀ ਦੇ ਪੈਸੇ ਪੂਸੇ ਇਕੱਠੇ ਕਰਦੀਆਂ ਮੈਂ ਸੋਚਦੀ ਹਾਂ ਕਿ ਬਸ
इन्हां दे उपर निशावर कर दो, सारा कुछ देखी जाएगा विआह होना या नहीं होना। फिलहाल तो मेरा बहुत ज़्यादा इन्हां विच ही सारा दिन बीत जाता है, बहुत बिजी रहने। परमात्मा ने ऐसी साड़ी सेवा लाई हुई है कि असी अपने बारे नहीं सोचते, सिर्फ इन्हां बारे ही सोचते हैं। काफी ज्यादा सानू इस चीजा का सामना करना पैंदा है। कई मौके ते लड़ाई झगड़ा भी हो जाता है कि तुसीं डोगी हुणे लैके जाओ। कई मौके ते डोग सही हुंदा है, उहनूं भी चुकाउण की कोशिश करते, पर आपां उहनां नूं समझा दिंदे कि इहदी नसबंदी करवा दो। डोग थोड़ी जी फीमेल जिहड़े बच्चे बुच्चे देण वाले हुंदे ना, उहनां दी नसबंदी करवा दो, फिर थोड़ा ठीक हो जाएगी, इहदा नेचर जिहड़ा है ना थोड़ा चेंज हो जाएगा, उह हो भी जाता है। पर लोग खुद कोशिश करते नहीं आ, बस लोग एनजीओ बार जिन्नियां हो सकदा फोन करते रहेंगे, खुद भी थोड़ी जी कोशिश कर लो, बट थोड़ा जा नहीं तो बेचारे डोगी नू अपने अंदर करके वेट कर लो एनजीओ वाले दा कि आ रहे हैं तो ले जाएंगे, बस यही चीज कहना चाहिए। कोई भी डोगी तुम कॉल करे थे, कोई भी डोगी रेस्क्यू करे, हाँ जी हाँ जी, कोई भी करे, सिर्फ थोड़ा जा लोगों का सहयोग चाहिए, जिस तरह कि 5-10 मिनट अद्धा घंटा अपने अंदर कर लैन, क्योंकि डोग देख के ही भज जाते, स्मैल ही लेके भज जाते कि सानू फड़न आ गए आ। बस इन्नी कु लोग सेवा कर देन, उहदा भी बेचारे का भला आ जाएगा, तो थोड़ा लोगों का भी आले दुआले भला आ जाएगा। नसबंदी बहुत जरूरी है, किसी ने किसी बच्चे की नसबंदी करवानी है, वह सानू कॉल कर लैन, या फिर कारपोरेशन नाल कॉल करन, वह खुद पिकअप करन आते हैं, खुद ही ड्रॉप कर जाते, बस तुसी एक फोन ही करना सानू कर दो या कारपोरेशन नू कर दो, ताकि जनसंख्या घट होवे डॉग्स की, जेडे बच्चे सड़कों पर ना रुलन, एक्सीडेंट नाल बीमार ना होन,